ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਹੈ ਤੁਹਾਡਾ ਮੇਰੇ ਚੈਨਲ 'ਤੇ। ਅੱਜ ਹੈ ਜੀ ਮਦਰਸ ਡੇ, ਮੇਰੇ ਵੱਲੋਂ ਸਾਰੀਆਂ ਮਾਵਾਂ ਨੂੰ ਹੈਪੀ ਮਦਰਸ ਡੇ। ਮੈਂ ਚੱਲੀ ਸੀ ਕੰਮ 'ਤੇ, ਮੈਨੂੰ ਅੱਜ ਛੁੱਟੀ ਨਹੀਂ ਮਿਲੀ ਅਤੇ ਹੁਣ ਮੈਂ ਚੱਲੀ ਹਾਂ ਕੰਮ 'ਤੇ। ਸਵੇਰ ਦੇ 6 ਵਜੇ ਆ, ਪਰ ਮੈਨੂੰ ਮੇਰਾ ਗਿਫਟ ਮਿਲ ਗਿਆ ਔਲਰੇਡੀ, ਮੈਂ ਤੁਹਾਨੂੰ ਦਿਖਾ ਦਿੰਦੀ ਹਾਂ। ਆਹ ਤੇ ਮੇਰਾ ਗਿਫਟ, ਅੰਕਿਤਾ ਜਿਹੜਾ ਸਕੂਲੋਂ ਬਣਾ ਕੇ ਲੈ ਕੇ ਆਈ ਸੀ ਮੇਰੇ ਲਈ ਸਪੈਸ਼ਲ, ਅਤੇ ਇੱਕ ਹੋਰ ਆ। ਆਹਦੇ ਕਿੰਨਾ ਸੋਹਣਾ ਲੱਗਦਾ ਹੈ। ਇਹ ਆ ਜੀ ਮੇਰਾ ਮਦਰ ਡੇ ਗਿਫਟ, ਇਹਦੇ ਵਿੱਚ ਲਿਖਿਆ ਵੀ ਬਹੁਤ ਸੋਹਣਾ ਸੋਹਣਾ ਆ। ਆਹਦੇ ਸਪੈਸ਼ਲੀ ਅੰਕਿਤਾ ਨੇ ਆਪਣੇ ਸਾਈਨ ਕੀਤੇ ਆ। ਕਿੰਨਾ ਵਧੀਆ ਲੱਗਦਾ ਜਦੋਂ ਨਾ ਤੁਹਾਨੂੰ ਤੁਹਾਡਾ ਬੱਚਾ ਖੁਦ ਗਿਫਟ ਬਣਾ ਕੇ ਦੇਵੇ, ਅਤੇ ਉਹ ਆਹ ਵੀ ਮੈਂ ਤੁਹਾਨੂੰ ਵਿੱਚੋਂ ਖੋਲ੍ਹ ਕੇ ਦਿਖਾ ਦਿੰਦੀ ਹਾਂ। ਆਹਦੇ ਬਹੁਤ, ਇਹਦੇ 'ਤੇ ਵੀ ਅੰਕਿਤਾ ਨੇ ਆਪਣੇ ਸਾਈਨ ਕੀਤੇ ਆ, ਬਹੁਤ ਵਧੀਆ ਲੱਗਦਾ। ਲਓ ਜੀ ਮੈਂ ਹੁਣ ਚੱਲੀ ਹਾਂ ਕੰਮ 'ਤੇ, ਅਤੇ ਕੰਮ ਤੋਂ ਆ ਕੇ ਦੇਖਦੇ ਹਾਂ ਵੀ ਅਸੀਂ ਕੀ ਕਰਦੇ ਹਾਂ। ਅੰਕਿਤਾ ਨੂੰ ਫਿਰ ਮੈਂ ਮਿਲੂੰਗੀ, ਹੁਣ ਸਾਰੇ ਸੁੱਤੇ ਪਏ, ਜੋਰਡਨ ਵੀ ਸੁੱਤਾ ਪਿਆ ਆ, ਅੰਕਿਤਾ ਵੀ ਸੁੱਤੀ ਆ। ਹਾਲੇ ਤਾਂ ਮੈਂ ਇਹਨਾਂ ਨੂੰ ਹੱਗ ਵੀ ਨਹੀਂ ਸੀ ਕਰ ਸਕਦੀ, ਨਹੀਂ ਤਾਂ ਉਹਨੇ ਉੱਠ ਜਾਣਾ ਸੀਗਾ। ਹੁਣ ਮੈਂ ਉਹਦੇ ਗਿਫਟ ਲੈ ਲਿਆ ਆ, ਇਹ ਮੈਂ ਰੱਖੂੰਗੀ ਸਾਰਾ ਦਿਨ ਆਪਣੇ ਕੋਲ, ਫਿਰ ਉਹਨੂੰ ਆ ਕੇ ਮਿਲਦੀ ਹਾਂ। ਸਵੇਰ ਸਵੇਰ ਮੌਸਮ ਕਿੰਨਾ ਸੋਹਣਾ ਹੁੰਦਾ ਹੈ ਨਾ, ਗਰਮੀਆਂ ਨੂੰ ਤਾਂ ਸਵੇਰ ਸਵੇਰ ਉੱਠ ਕੇ ਵਧੀਆ ਲੱਗਦਾ ਹੈ ਘੁੰਮਣਾ। ਆਹ ਉਹਦੇ ਉੱਧਰੋਂ ਸੂਰਜ ਨਿਕਲਣਾ ਆ, ਉੱਥੇ ਪੀਲਾ ਪੀਲਾ ਬੱਦਲ ਹੋਇਆ ਆ, ਅੱਜ ਮੈਂ ਦੇਖੂੰਗੀ ਸੂਰਜ ਨਿਕਲਦਾ। ਨਹੀਂ ਤਾਂ ਜ਼ਿਆਦਾ ਟਾਈਮ ਤਾਂ ਸੁੱਤਾ ਹੀ ਹੋਈਦਾ ਜਦੋਂ ਸੂਰਜ ਨਿਕਲਦਾ ਆ। ਸੂਰਜ ਉਦਣੇ ਦੇਖ ਹੁੰਦਾ ਜਿੱਦਣ ਸਵੇਰ ਸਵੇਰ ਕੰਮ 'ਤੇ ਜਾਣਾ ਹੁੰਦਾ ਆ। 2000 years later. ਲਓ ਜੀ ਹੁਣ ਮੈਂ ਆ ਗਈ ਹਾਂ ਘਰ, ਅਤੇ ਹੁਣ ਮੈਨੂੰ ਅੰਕਿਤਾ ਅਤੇ ਜੋਰਡਨ ਲੈ ਕੇ ਚੱਲੇ ਆ ਖਿਲਾਉਣ। ਮੰਮੀ ਹੁਣਾਂ ਨੂੰ ਵੀ ਅਸੀਂ ਦੇਖਦੇ ਹਾਂ ਕਿੱਥੇ ਲੈ ਕੇ ਜਾਂਦੇ ਹਾਂ ਖਾਣਾ ਖਿਲਾਉਣ। ਬੈਠਣ, ਵਿਚਾਰਾ ਸੌਂ ਗਿਆ। ਹਵਾ ਹੀ ਬਹੁਤ ਬਹੁਤ ਠੰਡਾ ਆ, ਦੇਖੋ ਤੇ ਅੰਕੂ ਹਾਏ ਕਰਦੇ ਸਾਰਿਆਂ ਨੂੰ ਹਾਏ। ਅੰਕਿਤਾ ਐਕਸਾਈਟਡ ਹੈ ਨਾ ਮੈਨੂੰ ਬਾਹਰ ਲੈ ਕੇ ਜਾਣ ਨੂੰ। ਸਾਡੇ ਮੰਮੀ ਹੁਣ ਵੀ ਆਉਂਦੇ ਆ, ਉਹਨਾਂ ਨੂੰ ਵੀ ਉਹਨਾਂ ਦੀ ਵੇਟ ਕਰਦੇ ਹਾਂ। ਹੋਰ ਸੁਣਾਓ ਜੀ, ਸਭ ਠੀਕ ਹੈ? ਤੁਹਾਡਾ ਮਦਰ ਡੇ ਕਿੱਦਾਂ ਦਾ ਰਿਹਾ ਪਲੀਜ਼ ਸਾਨੂੰ ਕਮੈਂਟ 'ਚ ਦੱਸਿਓ। ਮੇਰੇ ਬਾਲ ਸਾਰੇ ਖਿੱਲਰ ਗਏ। ਚਲੋ ਕੋਈ ਨਹੀਂ, ਗੱਡੀ 'ਚ ਬੈਠ ਕੇ ਠੀਕ ਕਰਦੇ ਹਾਂ। ਮੰਮੀ ਹੁਣੀ ਆਏ ਨਹੀਂ ਹਲੇ। ਉਹ ਅਤੇ ਸਾਡੇ ਹੈਪੀ ਮਦਰਸ ਡੇ ਮੰਮੀ ਜੀ। ਹੁਣ ਅਸੀਂ ਮੰਮੀ ਹੁਣਾਂ ਨੂੰ ਖਾਣਾ ਖਿਲਾਉਣ ਲੈ ਕੇ ਚੱਲੇ ਹਾਂ। ਅਸੀਂ ਮੰਮੀ ਹੁਣਾਂ ਨੂੰ ਖਿਲਾਉਣ ਲੈ ਕੇ ਚੱਲੇ ਹਾਂ, ਅਤੇ ਅੰਕਿਤਾ ਸਾਨੂੰ ਮੈਨੂੰ ਲੈ ਕੇ ਚੱਲੀ ਹੈ। ਧੁੱਪ ਵੀ ਨਿਕਲੀ ਆ, ਠੰਡੀ ਹਵਾ ਚੱਲਦੀ ਆ, ਕਿਤੇ ਸੋਹਣੇ ਹੋਏ ਆ, ਰੰਗ ਬਿਰੰਗੇ ਲਾਏ ਸੀਗੇ ਇੱਥੇ, ਵਾਈਟ ਕਲਰ ਦੇ ਹੁੰਦੇ ਆ। ਆਰ ਯੂ ਰੈਡੀ ਟੂ ਗੋ? ਅੱਛਾ ਜੀ, ਇੱਧਰ ਓਕੇ। ਹਾਂ ਬੈਠੀ ਆ। ਬੱਦਲ ਦੇਖੋ, ਮੈਨੂੰ ਲੱਗਦਾ ਮੀਂਹ ਆ ਜਾਣਾ ਨਾ। ਹਾਂ ਅੱਗੇ ਪੈ ਕੇ ਹਟਿਆ। ਹਾਂ ਦੇਖੋ ਤੇ, ਪਰ ਬੱਦਲ ਕਿੰਨੇ ਸੋਹਣੇ ਵੀ ਲੱਗਦੇ ਆ। ਆਹ ਛੋਟੇ ਛੋਟੇ ਘਰ ਆ ਇੱਥੇ ਬਣਦੇ। ਆਹੋ ਇੰਡੀਆ 'ਚ ਤਾਂ, ਇੰਡੀਆ ਵਿੱਚ ਹੁਣ ਗਰਮੀ ਆ ਪਰ ਇੱਥੇ ਠੰਡਾ ਹੋ ਗਿਆ ਹੈ। ਇੱਦਾਂ ਹੁੰਦਾ ਕਦੀ ਇੱਥੇ ਗਰਮ ਹੋ ਜਾਂਦਾ ਹੈ, ਇੱਕ ਦਿਨ ਛੱਡ ਕੇ ਇੱਕ ਦਿਨ ਛੱਡ ਕੇ ਠੰਡਾ ਹੋ ਜਾਂਦਾ ਹੈ, ਪਤਾ ਨਹੀਂ ਕਿਉਂ ਇੱਦਾਂ ਹੁੰਦਾ। ਫਿਰ ਉਹਦੇ ਨਾਲ ਨਿਆਣੇ ਵੀ ਸਿੱਕ ਹੋ ਜਾਂਦੇ ਆ। ਅਸੀਂ ਹੁਣ ਆ ਗਏ ਹਾਂ, ਅਸੀਂ ਇੰਡੀਅਨ ਰੈਸਟੋਰੈਂਟ 'ਤੇ ਖਾਣਾ ਖਾਣ ਆਏ ਹਾਂ। ਤੁਹਾਨੂੰ ਦਿਖਾਉਂਦੇ ਆ ਕੀ ਨਾਮ ਹੈ ਉਹਦਾ, ਕਰੀ ਲੀਫ। ਅਸੀਂ ਆ ਗਏ ਹਾਂ ਖਾਣ। ਪਹਿਲਾਂ ਡਿਸਾਈਡ ਨਹੀਂ ਸੀ ਹੁੰਦਾ ਵੀ ਕਿੱਥੇ ਜਾਣਾ ਕਿੱਥੇ ਨਹੀਂ, ਫਾਈਨਲੀ ਹੁਣ ਹਵਾ ਵੀ ਬਹੁਤ ਚੱਲਦੀ ਆ, ਠੰਡਾ ਹੀ ਬਹੁਤ ਆ ਅੱਜ। ਅਸੀਂ ਆ ਗਏ, ਜੋਰਡਨ ਵੀ ਉੱਠ ਗਿਆ ਹੈ। ਉਹ ਤਾਂ ਜੋਰਡਨ ਜਾਂਦਾ। ਅਸੀਂ ਆਏ ਹਾਂ ਕਰੀ ਲੀਵ, ਸਾਊਥ ਇੰਡੀਅਨ ਫੂਡ ਖਾਣ।
ਬਫੇ ਚਲੋ ਵਧੀਆ ਅੱਜ ਮਦਰ ਡੇ ਕਰਕੇ ਸਾਰਾ ਦਿਨ ਬਫੇ ਰੱਖਿਆ ਹੈ ਨਹੀਂ ਇੱਥੇ ਨਾ ਯੂਜ਼ਲੀ ਬਫੇ ਨਹੀਂ ਹੁੰਦਾ ਸ਼ਾਮ ਨੂੰ ਅੱਜ ਮਦਰ ਡੇ ਕਰਕੇ ਸਪੈਸ਼ਲੀ ਇਹਨੇ ਬਫੇ ਸਿਸਟਮ ਰੱਖਿਆ ਹੋਇਆ ਹੈ ਹੁਣ ਅਸੀਂ ਬਫੇ ਖਾਉਂਗੇ ਨਾਲ ਤੁਹਾਨੂੰ ਦਿਖਾਉਂਗੇ ਕੀ ਬਣਿਆ ਬਫੇ 'ਚ ਬਹੁਤ ਵਧੀਆ ਸਜਾਵਟ ਕੀਤੀ ਆ ਅੱਜ ਤਾਂ ਸਾਰੇ ਜਿੱਦਾਂ ਸੀਟਾਂ ਵੀ ਬੁੱਕ ਆ ਕਹਿੰਦੇ ਸੀ ਪਹਿਲਾਂ ਤੁਹਾਨੂੰ ਫੋਨ ਕਰਕੇ ਨਾ ਸੀਟ ਬੁੱਕ ਕਰਾਉਣੀ ਚਾਹੀਦੀ ਸੀਗੀ ਤਾਂ ਕਿ ਅਸੀਂ ਤੁਹਾਡੇ ਲਈ ਟੇਬਲ ਬੁੱਕ ਕਰ ਲੈਂਦੇ ਪਰ ਅਸੀਂ ਸੋਚਿਆ ਸੀ ਕੀ ਪਤਾ ਨਹੀਂ ਇੱਦਾਂ ਤਾਂ ਨਹੀਂ ਹੋਊਗਾ ਚੱਲੀ ਆ ਖਾਣਾ ਦੇਖਦੇ ਹਾਂ ਕੀ ਬਣਿਆ ਅਤੇ ਡੋਸ ਤਾਈ ਤਾਈ ਡੋਸ ਬਣਾ ਕੇ ਦਿੰਦੇ ਆ ਆਓ ਬੇਲਪੂਰੀ ਗੋਲ ਗੱਪੇ ਬਣੇ ਆ ਅੱਜ ਸਪੈਸ਼ਲ ਬਫੇ 'ਚ ਲਓ ਜੀ ਅਸੀਂ ਹੁਣ ਖਾਣਾ ਖਾ ਲਿਆ ਆ ਅਸੀਂ ਇੰਡੀਅਨ ਬਫੇ ਤੇ ਆਏ ਸੀਗੇ ਡਿਨਰ ਕਰਨ ਗ੍ਰੈਂਡ ਬਫੇ ਸੀਗਾ ਮਦਰਸ ਡੇ ਤੇ ਸਪੈਸ਼ਲ ਉਹਨੇ ਕੀਤਾ ਸੀ ਅਰੇਂਜ ਇੰਨਾ ਜ਼ਿਆਦਾ ਖਾਣਾ ਸੀ ਨਾ ਦੱਸ ਨਹੀਂ ਸਕਦੇ ਡੋਸਾ ਸੀ ਇਡਲੀਆਂ ਜਲੇਬੀਆਂ ਡਿਜ਼ਰਟ ਵਿੱਚ ਪਤਾ ਨਹੀਂ ਕਿੰਨੇ ਤਰ੍ਹਾਂ ਦੀਆਂ ਡਿਜ਼ਰਟਾਂ ਸੀਗੀਆਂ ਆਈ ਮੀਨ ਬਹੁਤ ਜ਼ਿਆਦਾ ਸੀ ਬਲੌਗ ਨਹੀਂ ਮੇਰੇ ਤੋਂ ਬਣਾਇਆ ਹੋਇਆ ਪੂਰੀ ਵੀਡੀਓ ਨਹੀਂ ਮੇਰੇ ਤੋਂ ਬਣਾ ਹੋਈ ਕਿਉਂਕਿ ਬਿਜ਼ੀ ਬਹੁਤ ਜ਼ਿਆਦਾ ਸੀਗਾ ਜੋਰਡਨ ਤੂੰ ਕੀ ਖਾਤਾ गोल गप्पे जेड़े बुढ़िया टुट के पैंदे गोल गप्पे गोल गप्पे किन्ने खाते उत्थे चाट भी सी ओ भी बना के खाती पाव भाजी भी सी डोसा स्पैशल हाँ डोसा ताजा बना के दिंदे सीगे ते मैं मसाला डोसा खाता सांबर भी बहुत वधिया सी इडलियां तो सब तो वधिया सी पापड़ी चाट भी सी हाँ पापड़ी चाट भी सी और की सी और की सी गुलाब जामुन हाँ गजरेला भी सी गरम गरम गुलाब जामुन खीर भी सी कस्टर्ड सी हाँ फ्रूट कस्टर्ड सी और भी आई मीन जिन्ना ज्यादा गिना दी इन्ने घट आ बहुत खाना सी भटूरे भी सी सच्ची याद नहीं आ रहा की दसी बहुत जानता सी लाइन रेस्टोरेंट हां इदा सीगा तंग किया ਅੱਜ ਤਾਂ ਹੁਣ ਬੈਠੇ ਲੱਗਾ ਕਹਿੰਦਾ ਮੈਨੂੰ ਚੱਕ ਲਓ ਕਿਉਂਕਿ ਅਸੀਂ ਘਰੋਂ ਟਾਈਮ ਨਾ ਆ ਰਹੇ ਸੀ ਮੈਂ ਸੋਚਿਆ
ਪਲਾਨ ਸੀ ਕੱਲਾ ਡੋਸਾ ਪਲੇਸ ਤੇ ਜਾਣ ਦਾ, ਫਿਰ ਜਿੱਦਾਂ ਦੀ ਸਲਾਹ ਦੇਣਾ ਸੀ, ਹਾਂ ਕਹਿੰਦੇ ਨਹੀਂ ਉੱਥੇ ਕੱਲਾ ਡੋਸਾ ਮਿਲਣਾ ਆ ਜਾਂ ਕਿਤੇ ਹੋਰ ਚੱਲਦੇ ਹਾਂ, ਮੈਕਸੀਕਨ ਰੈਸਟੋਰੈਂਟ ਦਾ ਬਣਿਆ ਸੀ। ਫਿਰ ਅਖੀਰ ਤੇ ਸਾਡੀ ਇੰਡੀਅਨ ਤੇ ਜਾ ਕੇ ਗੱਲ ਬਣੀ, ਪਰ ਫਿਰ ਅਸੀਂ ਉੱਥੇ ਜਦੋਂ ਗਏ ਹਾਂ ਸਾਨੂੰ ਬਾਅਦ 'ਚ ਪਤਾ ਲੱਗਾ ਵੀ ਉੱਥੇ ਬਫੇ ਆ ਜੇ ਸਪੈਸ਼ਲ ਆਇਆ ਨੇ ਮਾਵਾਂ ਲਈ, ਅਤੇ ਉਹ ਸੁਣ ਕੇ ਤਾਂ ਜ਼ਿਆਦਾ ਵਧੀਆ ਲੱਗਾ। ਸਪੈਸ਼ਲ ਗੋਲ ਗੱਪੇ ਦੇਖ ਕੇ ਤਾਂ ਮੇਰਾ ਮਨ ਖੁਸ਼ ਹੋ ਗਿਆ, ਉਹਨਾਂ ਨੂੰ ਪਤਾ ਹੈ ਨਾ ਮੈਂ ਵੀ ਜਦੋਂ ਗੋਲ ਗੱਪੇ ਦੇਖੇ, ਮੈਂ ਕਿਹਾ ਰਾਣਾ ਨੂੰ ਤਾਂ ਖੁਸ਼ ਹੋ ਜਾਣਾ ਗੋਲ ਗੱਪੇ ਦੇਖ ਕੇ। ਨਹੀਂ ਜਦੋਂ ਮੈਂ ਪ੍ਰੈਗਨੈਂਟ ਸੀ ਨਾ ਉਹ ਸਪੈਸ਼ਲ ਗੋਲ ਗੱਪੇ ਖਾਣ ਚਾਹੀਦਾ ਸੀ, ਤਾਂ ਕਿਤੇ ਜਿੱਦਾਂ ਬਫੇ 'ਚ ਮੈਂ ਅੱਜ ਤੱਕ ਨਹੀਂ ਦੇਖਿਆ ਵੀ ਕਿਤੇ ਗੋਲ ਗੱਪੇ ਲੱਗੇ ਹੈ ਨਾ। ਪਹਿਲੀ ਵਾਰ ਇੱਦਾਂ ਹੋਇਆ ਨਾ ਮੰਮੀ, ਆਪਣੇ ਨਾਨੇ ਨੂੰ ਫੋਨ ਲਾ ਲੈ। ਅੰਕਿਤਾ ਪਿੱਛੇ ਖੁਸ਼ ਹੁੰਦੀ ਆ, ਹੈਪੀ ਆ। ਪਰ ਅੱਜ ਠੰਡ ਬਹੁਤ ਜ਼ਿਆਦਾ ਆ, ਮੋਟੇ ਕੱਪੜੇ ਪਾਉਂਦੀ ਆ ਤਾਂ ਕਿ ਠੰਡ ਨਾ ਲੱਗੂਗੀ ਇਹਨੂੰ ਬਾਹਰ ਆਇਆ ਤੇ। ਫਿਰ ਅੰਕਿਤਾ ਦੇ ਵੀ ਮੋਟੇ ਪਾਉਣੇ ਪਏ ਕਿਉਂਕਿ ਅੰਦਰਾਂ ਚ ਪਤਾ ਨੀ ਲੱਗਦਾ ਠੰਡ ਦਾ। ਲਓ ਜੀ ਅਸੀਂ ਆ ਗਏ ਸੀ ਘਰ, ਬਹੁਤ ਵਧੀਆ ਰਿਹਾ ਸਾਡਾ ਡਿਨਰ, ਹੈ ਨਾ ਜੋਰਡਨ? ਤੁਸੀਂ ਮੰਮਾ ਡਿਨਰ ਕਰਾ ਕੇ ਲੈ ਕੇ ਆਏ, ਥੈਂਕ ਯੂ ਪੁੱਤ। ਹਾਂਜੀ ਉੱਥੇ ਖਾਣਾ ਵੀ ਬਹੁਤ ਸਵਾਦ ਸੀ, ਵਧੀਆ ਰਿਹਾ। ਸਵੇਰ ਦੀ ਉੱਠੀ ਸੀਗੀ, ਹੁਣ ਮੈਂ ਥੱਕੀ ਪਈ ਹਾਂ, ਹੁਣ ਮੈਨੂੰ ਆਈ ਹੈ ਨੀਂਦ। ਅੱਜ ਦਾ ਬਲੌਗ ਇੰਨਾ ਹੀ, ਬਣੇ ਰਹੋ ਸਾਡੇ ਨਾਲ ਅਗਲੀ ਵੀਡੀਓ ਦੇ ਲਈ। ਪਲੀਜ਼ ਲਾਈਕ ਕਰੋ ਸਾਡਾ ਚੈਨਲ, ਸ਼ੇਅਰ ਕਰੋ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ। ਥੈਂਕ ਯੂ ਜੀ, ਬਾਏ 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 ਕਰ ਦਿਓ ਪੁੱਤ, ਬਾਏ ਬਾਏ। ਉਹਦੇ ਹੱਥ ਲਾਉਂਦਾ ਉਹਦੇ, ਬਾਏ 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 ਕਰ ਸਾਰਿਆਂ ਨੂੰ। Thank you.